ਗੁਰਦੁਆਰਾ ਕਮੇਟੀ ਦੀ ਇਲੈਕਸ਼ਨ ਉਹੀ ਲੜ ਸਕਦਾ ਜਿਹੜਾ ਦਿੱਲੀ ਦੇ ਵਿੱਚ ਐਸ ਰਿਲੀਜੀਅਸ ਪਾਰਟੀ ਰਜਿਸਟਰਡ ਹੋਵੇ। ਦਿੱਲੀ ਸਰਕਾਰ ਨੇ ਜਵਾਬ ਫਾਈਲ ਕੀਤਾ ਕੇਜਰੀਵਾਲ ਜੀ ਨੇ, ਉਹਨਾਂ ਨੇ ਆਖਿਆ ਜੀ ਕਿ ਅਕਾਲੀ ਦਲ ਰਵਾਇਤੀ ਪਾਰਟੀ ਹੈ ਔਰ ਇਸ ਨੂੰ ਅਸੀਂ ਕੈਂਸਲ ਨਹੀਂ ਕਰ ਰਹੇ ਇਸ ਕਰਕੇ ਕਿਉਂਕਿ ਇਹ ਪੁਰਾਣੀ ਪਾਰਟੀ ਹੈ। ਪੁਰਾਣੀ ਪਾਰਟੀ ਹੈ ਤੇ ਮੇਰੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਥਕ ਸੀ, 2007 ਦੇ ਵਿੱਚ ਮੈਂ 6 ਸੀਟਾਂ ਜਿੱਤਿਆ ਸੀ। ਮੇਰੀ ਪਾਰਟੀ ਨੂੰ ਰੂਲ 14 ਚ 2017 ਚ ਤੁਸੀਂ ਕਿਵੇਂ ਡੀਰੈਕੋਗਨਾਈਜ਼ ਕਰ ਦਿੱਤਾ, ਅਕਾਲੀ ਦਲ ਨੂੰ ਕਿਉਂ ਵਿਚਾਰ ਰਹੇ ਹੋ? ਕੇਜਰੀਵਾਲ ਨੇ ਇੱਕ ਮਾਸਟਰ ਸਟ੍ਰੋਕ ਖੇਡਿਆ ਕਿ 19 ਤਰੀਕ ਨੂੰ ਜਿਹੜੀ ਡੇਟ ਹੈ, ਜੇ ਅਕਾਲੀ ਦਲ ਕਹਿੰਦਾ ਕਿ ਉਹ ਰਿਲੀਜੀਅਸ ਪਾਰਟੀ ਹੈ ਤੇ ਉਹ ਡੀਰੈਕੋਗਨਾਈਜ਼ ਹੋ ਜਾਏਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਕੇਜਰੀਵਾਲ ਨੇ ਇੱਕ ਮਾਸਟਰ ਸਟ੍ਰੋਕ ਖੇਡਿਆ, ਉਹਨੇ ਇੱਕ ਛਿਪਕਲੀ ਜਿਹੜੀ ਹੈ ਅਕਾਲੀ ਦਲ ਦੇ ਮੂੰਹ 'ਚ ਦਿੱਤੀ ਹੈ, ਹੁਣ ਅਕਾਲੀ ਦਲ ਉਸ ਨੂੰ ਖਾਂਦਾ ਕਿ ਸੁੱਟਦਾ ਇਹ 19 ਤਰੀਕ ਪਤਾ ਲੱਗੇਗਾ। ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਉਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਦਿੱਲੀ ਸਰਕਾਰ ਨੇ ਜਾਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੇ ਕੁਛ ਅਮੈਂਡਮੈਂਟ ਕੀਤੀਆਂ ਸੀਗੀਆਂ। ਉਹ ਅਮੈਂਡਮੈਂਟ ਕੀਤੀਆਂ ਸੀ 2010 ਦੇ ਵਿੱਚ ਰੂਲ 14 ਦੇ ਵਿੱਚ, ਉਹਦੇ 'ਚ ਇਹ ਅਮੈਂਡਮੈਂਟ ਕੀਤੀਆਂ ਸੀਗੀਆਂ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਇਲੈਕਸ਼ਨ ਉਹੀ ਲੜ ਸਕਦਾ ਜਿਹੜਾ ਦਿੱਲੀ ਦੇ ਵਿੱਚ ਐਜ਼ ਰਿਲੀਜੀਅਸ ਪਾਰਟੀ ਰਜਿਸਟਰਡ ਹੋਵੇ। ਦੂਜੀ ਗੱਲ, ਉਹਦੇ 5 ਮੈਂਬਰ ਘੱਟੋ ਘੱਟ ਜਨਰਲ ਇਲੈਕਸ਼ਨ ਲੜੇ ਹੋਣ, 2 ਮੈਂਬਰ ਉਹਦੇ ਵਿਨਰ ਹੋਣੇ ਚਾਹੀਦੇ ਨੇ। ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਕਲੋਜ਼ ਲਾਈਆਂ। ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਹੈ, ਉਹ ਪੋਲੀਟੀਕਲ ਇਲੈਕਸ਼ਨ ਦਿੱਲੀ 'ਚ ਵੀ ਲੜਦਾ, MLA ਅਤੇ ਕਾਰਪੋਰੇਸ਼ਨ ਉਹੀ ਇਲੈਕਸ਼ਨ ਆ ਉਹ ਲੜਦਾ ਜਾ ਕੇ ਪੰਜਾਬ ਦੇ ਵਿੱਚ MLA ਦੀਆਂ ਅਤੇ MPA ਦੀਆਂ। ਜਦੋਂ ਇੱਕ ਕੇਸ ਪਾਇਆ ਆਮ ਅਕਾਲੀ ਦਲ ਨੇ 2017 'ਚ ਕਿ ਇਹਦੀ ਰੈਕੋਗਨੀਸ਼ਨ ਕੈਂਸਲ ਹੋਣੀ ਚਾਹੀਦੀ ਹੈ ਅਕਾਲੀ ਦਲ ਦੀ, ਇਹ ਕੇਸ ਹੁਣ ਫਾਈਨਲ ਸਟੇਜ 'ਤੇ ਆਇਆ ਅਤੇ ਜਦੋਂ ਫਾਈਨਲ ਸਟੇਜ 'ਤੇ ਆਇਆ ਤਾਂ ਜੱਜ ਸਾਹਿਬ ਨੇ ਵਿਊ ਲਿਆ ਕਿ ਇਹ ਐਕਟ, ਇਹ ਰੂਲ 14 ਦੇ ਹਿਸਾਬ ਨਾਲ ਇਹ ਗਲਤ ਕੀਤਾ ਇਹਨਾਂ ਨੇ। ਉਹਦੇ 'ਚ ਦਿੱਲੀ ਸਰਕਾਰ ਨੇ ਜਵਾਬ ਫਾਈਲ ਕੀਤਾ ਕੇਜਰੀਵਾਲ ਜੀ ਨੇ, ਉਹਨਾਂ ਨੇ ਆਖਿਆ ਜੀ ਕਿ ਅਕਾਲੀ ਦਲ ਰਵਾਇਤੀ ਪਾਰਟੀ ਹੈ ਔਰ ਇਸ ਨੂੰ ਅਸੀਂ ਕੈਂਸਲ ਨਹੀਂ ਕਰ ਰਹੇ ਇਸ ਕਰਕੇ ਕਿਉਂਕਿ ਇਹ ਪੁਰਾਣੀ ਪਾਰਟੀ ਹੈ। ਹੁਣ ਇੱਥੇ ਸਵਾਲ ਖੜਾ ਹੋ ਜਾਂਦਾ ਜੇ ਅਕਾਲੀ ਦਲ ਪੁਰਾਣੀ ਪਾਰਟੀ ਹੈ ਤਾਂ ਮੇਰੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਥਕ ਸੀ, 2007 ਦੇ ਵਿੱਚ ਮੈਂ 6 ਸੀਟਾਂ ਜਿੱਤਿਆ ਸੀ। ਮੇਰੀ ਪਾਰਟੀ ਨੂੰ ਰੂਲ 14 'ਚ 2017 'ਚ ਤੁਸੀਂ ਕਿਵੇਂ ਡੀਰੈਕੋਗਨਾਈਜ਼ ਕਰ ਦਿੱਤਾ, ਅਕਾਲੀ ਦਲ ਨੂੰ ਕਿਉਂ ਵਿਚਾਰ ਰਹੇ ਹੋ? ਮੈਂ ਸਮਝਦਾ ਕਿ ਕੇਜਰੀਵਾਲ ਨੇ ਇੱਕ ਮਾਸਟਰ ਸਟ੍ਰੋਕ ਖੇਡਿਆ ਕਿ 19 ਤਰੀਕ ਨੂੰ ਜਿਹੜੀ ਡੇਟ ਹੈ, ਜੇ ਅਕਾਲੀ ਦਲ ਕਹਿੰਦਾ ਕਿ ਉਹ ਰਿਲੀਜੀਅਸ ਪਾਰਟੀ ਹੈ ਤਾਂ ਉਹ ਡੀਰੈਕੋਗਨਾਈਜ਼ ਹੋ ਜਾਏਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ 'ਚ, ਕਿਉਂਕਿ ਕੋਈ ਪੋਲੀਟੀਕਲ ਪਾਰਟੀ ਭਾਵੇਂ ਉਹ BJP ਹੈ, ਕਾਂਗਰਸ ਹੈ, ਤਾਮਿਲ ਹੈ, ਕਮਿਊਨਿਸਟ ਨੇ, ਅਗਰ ਉਹ ਰਿਲੀਜੀਅਸ ਇਲੈਕਸ਼ਨ ਲੜਦੇ ਨੇ ਜਾਂ ਉਹ ਕਹਿਣ ਕਿ ਅਸੀਂ ਰਿਲੀਜੀਅਸ ਪਾਰਟੀ ਹਾਂ, ਉਹਨਾਂ ਦੀ ਮਾਨਤਾ ਰੱਦ ਹੋਏਗੀ। ਮੈਨੂੰ ਲੱਗਦਾ ਕਿ ਇਹਦਾ ਅਸਰ ਪੰਜਾਬ ਦੀ ਇਲੈਕਸ਼ਨ 'ਚ ਬਹੁਤ ਵੱਡਾ ਹੋਏਗਾ। ਤਾਂ ਕੇਜਰੀਵਾਲ ਨੇ ਇੱਕ ਮਾਸਟਰ ਸਟ੍ਰੋਕ ਖੇਡਿਆ, ਉਹਨੇ ਇੱਕ ਛਿਪਕਲੀ ਜਿਹੜੀ ਹੈ ਅਕਾਲੀ ਦਲ ਦੇ ਮੂੰਹ 'ਚ ਦਿੱਤੀ ਹੈ, ਹੁਣ ਅਕਾਲੀ ਦਲ ਉਸ ਨੂੰ ਖਾਂਦਾ ਕਿ ਸੁੱਟਦਾ ਇਹ 19 ਤਰੀਕ ਪਤਾ ਲੱਗੇਗਾ ਕੋਰਟ 'ਚ। ਤਾਂ ਮੈਨੇ ਤੋਂ ਜਦੋਂ ਮੈਂ ਪ੍ਰਧਾਨ ਸੀਗਾ ਉਦੋਂ ਵੀ ਇਹ ਗੱਲ ਆਈ ਸੀਗੀ। ਉਦੋਂ ਫਿਰ ਜਿਹੜਾ ਡਾਇਰੈਕਟਰ ਸੀ ਇਲੈਕਸ਼ਨ ਇਲੈਕਸ਼ਨ ਦਾ, ਉਸਨੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਟਿਕਟਾਂ 'ਤੇ ਸਾਈਨ ਕਰੇਗਾ ਤਾਂ ਮੈਂ ਐਕਸੈਪਟ ਕਰਾਂਗਾ, ਲੇਕਿਨ ਕਿਸੇ ਨੇ ਓਬਜੈਕਸ਼ਨ ਨਹੀਂ ਕੀਤਾ। ਸੁਖਬੀਰ ਸਿੰਘ ਬਾਦਲ ਨੇ ਸਾਈਨ ਕੀਤੇ, ਸਾਰੇ ਉਸੇ ਟਿਕਟਾਂ 'ਤੇ ਲੜੇ ਸੀਗੇ, ਉਦੋਂ ਵੀ ਕਿਸੇ ਨੂੰ ਓਬਜੈਕਸ਼ਨ ਕਰਨਾ ਚਾਹੀਦਾ ਸੀ। ਮੇਰਾ ਓਬਜੈਕਸ਼ਨ ਤਾਂ ਹੁਣ ਹੈ ਕਿ ਜਦੋਂ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਅਕਾਲੀ ਦਲ ਨੂੰ ਬਚਾਉਣ ਲਈ ਸਟੇਟਮੈਂਟ ਦੇ ਰਹੀ ਹੈ, ਕੀ ਸਟੇਟਮੈਂਟ ਦੇ ਰਹੀ ਹੈ ਕਿ ਇਹ ਰਵਾਇਤੀ ਪਾਰਟੀ ਹੈ। ਜੇ ਰਵਾਇਤੀ ਪਾਰਟੀ ਤਾਂ ਮੇਰੀ ਪੰਥਕ ਕਿਉਂ ਨਹੀਂ ਸੀ ਰਵਾਇਤੀ ਪਾਰਟੀ? ਮੇਰੀ ਸ਼੍ਰੋਮਣੀ ਅਕਾਲੀ ਦਲ ਪੰਥਕ 6 ਸੀਟਾਂ ਜਿੱਤੀ ਸੀਗੀ, ਉਹਨੂੰ ਕਿਉਂ ਤੁਸੀਂ ਰਿਜੈਕਟ? ਰੂਲ 14 ਦੇ ਵਿੱਚ 3 ਕਲੋਜ਼ ਨੇ, ਕਿਸੇ ਨੂੰ ਇੱਕ 'ਚ ਕੱਢਿਆ ਜਾ ਸਕਦਾ, ਕਿਸੇ ਨੂੰ ਦੂਜੀ 'ਚ, ਕਿਸੇ ਨੂੰ ਤੀਜੀ 'ਚ। ਮੈਨੂੰ ਤੀਜੇ ਕਲੋਜ਼ 'ਤੇ ਕੱਢ ਰਹੇ ਹੋ, ਪਹਿਲੇ ਕਲੋਜ਼ 'ਤੇ ਸੀ ਅਕਾਲੀ ਦਲ ਨੂੰ ਬਚਾ ਰਹੇ ਹੋ, ਕਿਉਂ ਬਚਾ ਰਹੇ ਹੋ? ਮੇਰਾ ਸਵਾਲ ਇਹ ਹੈ, ਇਹੋ ਜਿਹਾ ਕੋਈ ਰੂਲ ਹੈ ਕਿ ਰਵਾਇਤੀ ਪਾਰਟੀ ਅਲਾਓ? ਨਹੀਂ, ਬਿਲਕੁਲ ਕੋਈ ਰੂਲ ਨਹੀਂ, ਕੋਈ ਰੂਲ ਨਹੀਂ। ਅਮੈਂਡ ਹੋ ਗਿਆ 2010 'ਚ, ਸਰਕਾਰ ਨੇ ਆਪ ਅਮੈਂਡ ਕੀਤਾ। ਅਸੀਂ ਨਹੀਂ ਲਾਵਾਂਗੇ, ਅਸੀਂ ਕੋਰਟ ਦੇ ਵਿੱਚ ਅਗਰ ਪਾਰਟੀ ਬਣਦੇ ਹਾਂ ਤਾਂ ਡਿਲੇ ਹੋ ਜਾਏਗਾ। ਹਾਂ, ਅਸੀਂ ਆਊਟਕਮ ਦੇਖਾਂਗੇ 19 ਤਰੀਕ ਦਾ, ਜੇ 19 ਤਰੀਕ ਨੂੰ ਕੋਈ ਆਊਟਕਮ ਸਾਡੇ ਹਿਸਾਬ ਦਾ ਠੀਕ ਹੈ, ਜੋ ਇਸ ਐਕਟ ਦੇ ਹਿਸਾਬ ਨਾਲ ਹੈ, ਅਸੀਂ ਨਹੀਂ ਐਂਟਰ ਕਰਾਂਗੇ। ਲੇਕਿਨ ਅਗਰ ਅਗਲੀ ਅਪੀਲ 'ਚ ਜਾਣਾ ਪਏਗਾ ਤਾਂ ਫਿਰ ਅਸੀਂ ਪਾਰਟੀ ਬਣਾਂਗੇ ਜਿਵੇਂ ਆਮ ਅਕਾਲੀ ਦਲ ਪਾਰਟੀ ਉਹਦੇ ਵਿੱਚ। ਮੇਰਾ ਸਵਾਲ ਇਹ ਹੈ ਕਿ ਟ੍ਰੈਫਿਕ ਦਾ ਜਿਹੜਾ ਰੈੱਡ ਲਾਈਟ ਜੰਪ ਕਰਨ ਦਾ ਜੁਰਮਾਨਾ ਸੀ ਉਹ ਪਹਿਲੇ 100 ਰੁਪਇਆ ਸੀਗਾ, ਅੱਜ ਉਹ 5000 ਰੁਪਇਆ ਹੋ ਗਿਆ। ਅੱਜ ਮੈਂ ਰੈੱਡ ਲਾਈਟ ਜੰਪ ਕਰਦਾ, ਮੇਰੇ ਤੋਂ 100 ਰੁਪਇਆ ਲੈ ਲਓਗੇ? ਜਦ ਅਮੈਂਡਮੈਂਟ ਹੋ ਗਈ, ਜਦੋਂ ਇੱਕ ਚੀਜ਼ ਨੂੰ ਐਕਟ ਬਣਾ ਦਿੱਤਾ ਤੁਸੀਂ ਅੱਜ ਮੈਨੂੰ 100 ਰੁਪਇਆ ਜੁਰਮਾਨਾ ਕਿੱਦਾਂ ਕਰ ਦਿਓ ਕਿ ਤੁਹਾਨੂੰ 5000 ਲੈਣਾ ਪਏਗਾ? ਮੇਰੇ ਕੋਲੋਂ ਤਾਂ 5000 ਰੁਪਇਆ ਜੁਰਮਾਨਾ ਲੈ ਲਿਆ ਇਲੈਕਸ਼ਨ ਕਮਿਸ਼ਨ, ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੇ।
ਤੇ ਉਹਨਾਂ ਨੂੰ 100 ਰੁਪਏ ਛੱਡਦੇ ਪਏ, ਮੇਰਾ ਰੋਣਾ ਤੇ ਇਹ ਹੈਗਾ।